ਸਰਕਾਰ ਲਗਾ ਰਹੀ ਹੈ ਗ੍ਰੀਨ ਟੈਕਸ, ਇਹਦੇ ਨਾਲ ਜੋ ਸਾਡੇ ਰੈਵਨਿਊ ਨੂੰ ਫਰਕ ਪੈਣਾ ਵਾ, ਸਾਡੇ ਅੱਗੇ ਹੀ ਕਮਾਈਆਂ ਦੇ ਸਾਧਨ ਉਨੇ ਕੁ ਹੈਗੇ ਨੇ, ਪਹਿਲੇ ਆਪਾਂ ਸਰਕਾਰ ਨੂੰ ਰੋਡ ਟੈਕਸ ਦਿੰਦੇ ਹਾਂ, ਫਿਰ ਆਪਾਂ ਟੂਲ ਟੈਕਸ ਅਲੱਗ ਪੇ ਕਰਦੇ ਹਾਂ, ਫਿਰ ਸਟੇਟ ਟੈਕਸ ਅਲੱਗ ਦਿੰਦੇ ਹਾਂ, ਅਤੇ ਤਿੰਨ ਚਾਰ ਤਰ੍ਹਾਂ ਦੇ ਅੱਗੇ ਆਪਾਂ ਟੈਕਸ ਸਰਕਾਰ ਨੂੰ ਦੇ ਰਹੇ ਹਾਂ, ਅਤੇ ਗ੍ਰੀਨ ਟੈਕਸ ਜੇ ਆਪਾਂ ਸਰਕਾਰ ਨੂੰ ਹੋਰ ਦੇਵਾਂਗੇ ਤਾਂ ਸਾਡੀ ਤਾਂ ਕਮਾਈ ਹੋਰ ਘੱਟ ਜਾਏਗੀ। ਇਹਦੇ ਨਾਲ ਹੁਣ ਤਾਂ ਸਾਡੇ ਕੋਲ ਕੋਈ ਐਂਡ ਹੈਗਾ ਵਾ ਕਿ ਆਪਾਂ ਚਾਬੀਆਂ ਗੱਡੀਆਂ ਲੋਕ ਕਰੀਏ ਅਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਆਪਣੀਆਂ ਗੱਡੀਆਂ ਲਾ ਲਈਏ, ਅਤੇ ਉਹਨਾਂ ਨੂੰ ਕਹੀਏ ਜੀ ਇਹ ਗੱਡੀਆਂ ਤੁਸੀਂ ਸਾਂਭ ਲਓ, ਅਸੀਂ ਤਾਂ ਚਲਾਨ ਜੋਗੇ ਰਹੇ ਨਹੀਂ ਗੱਡੀਆਂ ਜਿੰਨਾ ਤੁਸੀਂ ਟੈਕਸ ਲਗਾ ਲਓ ਸਾਡੇ। 10,000 ਰੁਪਈਆ ਜਿਵੇਂ ਅਸੀਂ ਟੂਲ ਕੀਤਾ ਸਵਾਰੀ ਦੇ ਨਾਲ, ਉਹਦੇ ਵਿੱਚ 6-7 ਹਜ਼ਾਰ ਤੱਕ ਖਰਚਾ ਨਿਕਲ ਜਾਂਦਾ, ਜੇ ਹੁਣ ਹੋਰ ਵਧਾ ਦਿਆਂਗੇ ਸਵਾਰੀ ਦੇ ਹਿਸਾਬ ਨਾਲ, ਸਵਾਰੀ 'ਤੇ ਭਾਰ ਪੈਣਾ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਵੇਗਾ, ਬਹੁਤ ਜ਼ਿਆਦਾ। ਕਿਉਂਕਿ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ, ਜਦੋਂ ਬਾਹਰ ਗੱਡੀਆਂ ਆ ਰਹੀਆਂ ਵੇ, ਹਿਮਾਚਲ ਦੀਆਂ ਹੋ ਗਈਆਂ ਜਾਂ JK ਦੀਆਂ ਹੋ ਗਈਆਂ ਬਾਹਰ ਦੀ ਗੱਡੀਆਂ, ਉਹਨਾਂ ਨੂੰ ਗ੍ਰੀਨ ਟੈਕਸ ਕਰ, ਜਿੱਦਾਂ ਅਸੀਂ ਮਨਾਲੀ ਜਾ ਕੇ ਗ੍ਰੀਨ ਟੈਕਸ 300 ਦੀ ਪਰਚੀ ਲਗਾਉਂਦੇ ਹਾਂ, ਮਨਾਲੀ ਲਗਾਉਂਦੇ ਹਾਂ, ਮਨੀਕਰਨ ਲਗਾਉਂਦੇ ਹਾਂ, ਉਹ ਸਾਨੂੰ ਪੰਜਾਬ ਨੂੰ ਪੈ ਰਿਹਾ, ਇੱਦਾਂ ਹੀ ਉਹਨਾਂ ਨੂੰ ਪੈਣਾ ਚਾਹੀਦਾ ਹੈ, ਅਤੇ ਸਾਨੂੰ ਵੀ ਲੋਕਲ ਬੰਦੇ ਨੂੰ ਵੀ ਪੈਣਾ ਗ੍ਰੀਨ ਟੈਕਸ ਪਾਉਣਾ ਚਾਹੀਦਾ ਜੀ। 1 ਸਤੰਬਰ ਤੋਂ ਪੰਜਾਬ ਦੇ ਵਿੱਚ ਗ੍ਰੀਨ ਟੈਕਸ ਲਾਗੂ ਹੋਣ ਜਾ ਰਿਹਾ, ਇਸ ਸੰਬੰਧੀ ਜੋ ਨੋਟੀਫਿਕੇਸ਼ਨ ਹੈ ਉਹ ਜਾਰੀ ਹੋ ਚੁੱਕੀ ਹੈ, ਔਰ ਇਹ ਜੋ ਗ੍ਰੀਨ ਟੈਕਸ ਹੈ ਇਹ ਪੋਲਿਊਸ਼ਨ ਨੂੰ ਲੈ ਕੇ, ਇੱਕ ਜੋ ਚੀਜ਼ਾਂ ਕੁਦਰਤ ਨੂੰ ਲੈ ਕੇ ਜੋ ਵਹੀਕਲਸ ਨੇ, ਵਾਹਨ ਨੇ ਜੋ ਹਾਰਮਫੁਲ ਹੁੰਦੇ ਨੇ, ਤਾਂ ਉਹਨਾਂ 'ਤੇ ਇਹ ਲਗਾਇਆ ਜਾਂਦਾ, ਔਰ ਇਸ 'ਚ ਵੱਖ ਵੱਖ ਕੈਟੇਗਰੀਜ਼ 'ਤੇ ਵੱਖ ਵੱਖ ਸੀ ਸੀ ਇੰਜਨਾਂ ਦੇ ਉੱਤੇ ਜੋ ਹੈ ਗ੍ਰੀਨ ਟੈਕਸ ਲਗਾਇਆ ਜਾਣਾ। ਸਾਡੇ ਨਾਲ ਅੰਮ੍ਰਿਤਸਰ ਤੋਂ ਕੁਝ ਟੈਕਸੀ ਯੂਨੀਅਨ ਦੇ ਮੈਂਬਰ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਜੋ ਸਰਕਾਰ ਦੇ ਵੱਲੋਂ 1 ਤਰੀਕ ਤੋਂ ਇਹ ਟੈਕਸ ਲਗਾਇਆ ਜਾ ਰਿਹਾ ਤੁਹਾਡੇ 'ਤੇ, ਕਿੰਨਾ ਕਿਸ ਨਾਲ ਫਰਕ ਪਏਗਾ ਔਰ ਆਮ ਪਬਲਿਕ 'ਤੇ ਇਸਦਾ ਕੀ ਅਸਰ ਦੇਖਣ? ਦੇਖੋ ਸਰ, ਜਿਹੜਾ ਟੈਕਸ ਸਰਕਾਰ ਲਗਾ ਰਹੀ ਹੈ ਗ੍ਰੀਨ ਟੈਕਸ, ਇਹਦੇ ਨਾਲ ਜੋ ਸਾਡੇ ਰੈਵਨਿਊ ਨੂੰ ਫਰਕ ਪੈਣਾ ਵਾ, ਸਾਡੇ ਅੱਗੇ ਹੀ ਕਮਾਈਆਂ ਦੇ ਸਾਧਨ ਉਨੇ ਕੁ ਹੈਗੇ ਨੇ, ਪਹਿਲੇ ਆਪਾਂ ਸਰਕਾਰ ਨੂੰ ਰੋਡ ਟੈਕਸ ਦਿੰਦੇ ਹਾਂ, ਫਿਰ ਆਪਾਂ ਟੂਲ ਟੈਕਸ ਅਲੱਗ ਪੇ ਕਰਦੇ ਹਾਂ, ਫਿਰ ਸਟੇਟ ਟੈਕਸ ਅਲੱਗ ਦਿੰਦੇ ਹਾਂ, ਅਤੇ 3-4 ਤਰ੍ਹਾਂ ਦੇ ਅੱਗੇ ਆਪਾਂ ਟੈਕਸ ਸਰਕਾਰ ਨੂੰ ਦੇ ਰਹੇ ਹਾਂ, ਅਤੇ ਗ੍ਰੀਨ ਟੈਕਸ ਜੇ ਆਪਾਂ ਸਰਕਾਰ ਨੂੰ ਹੋਰ ਦੇਵਾਂਗੇ ਤਾਂ ਸਾਡੀ ਤਾਂ ਕਮਾਈ ਹੋਰ ਘੱਟ ਜਾਏਗੀ। ਇਹਦੇ ਨਾਲ ਹੁਣ ਤਾਂ ਸਾਡੇ ਕੋਲ ਫਿਰ ਕੋਈ ਐਂਡ ਹੈਗਾ ਵਾ ਕਿ ਆਪਾਂ ਚਾਬੀਆਂ ਗੱਡੀਆਂ ਲੋਕ ਕਰੀਏ ਅਤੇ ਮੁੱਖ ਮੰਤਰੀ ਦੇ ਘਰ ਦੇ ਬਾਹਰ ਜਾ ਕੇ ਆਪਣੀਆਂ ਗੱਡੀਆਂ ਲਾ ਦਈਏ, ਅਤੇ ਉਹਨਾਂ ਨੂੰ ਕਹੀਏ ਜੀ ਇਹ ਗੱਡੀਆਂ ਤੁਸੀਂ ਸਾਂਭ ਲਓ, ਅਸੀਂ ਤਾਂ ਚਲਾਨ ਜੋਗੇ ਰਹੇ ਨਹੀਂ ਗੱਡੀਆਂ ਜਿੰਨਾਂ ਦੀ ਟੈਕਸ ਲਗਾ ਰਹੇ ਹੋ ਸਾਡੇ 'ਤੇ। ਲੱਗਦਾ ਕਿ ਪਹਿਲਾਂ ਵੀ ਤੁਸੀਂ ਵੱਖ ਵੱਖ ਟੈਕਸ ਭਰਦੇ ਹੋਵੋਗੇ, ਇੱਕ ਨਵਾਂ ਟੈਕਸ ਲੱਗਣ ਦੇ ਨਾਲ ਇੱਕ ਆਮ ਬੰਦੇ ਦੀ, ਜਿਸ ਤਰ੍ਹਾਂ ਤੁਹਾਡੀ ਗੱਲ ਕਰ ਲਈ, ਇੱਕ ਟੈਕਸੀ ਮਾਲਕ ਦੀ ਜਾਂ ਜਿਹੜੀਆਂ ਕੋਈ ਗੱਡੀਆਂ ਪਾਈਆਂ ਹੁੰਦੀਆਂ, ਕਿੰਨਾ ਕਿਸ 'ਤੇ ਫਰਕ ਪੈਂਦਾ? ਕਿਉਂਕਿ ਇੱਕ ਆਮਦਨ 'ਤੇ ਵੀ ਫਰਕ ਪੈਂਦਾ, ਔਰ ਉਸਦਾ ਸਿੱਧਾ ਪ੍ਰਭਾਵ ਜਿਹੜਾ ਤੁਹਾਡੇ ਕੋਲ ਟੂਰਿਸਟ ਹੈ ਜਿਹਨੇ ਜਾਣਾ ਸਫ਼ਰ ਕਰਨਾ, ਉਹਨਾਂ 'ਤੇ ਵੀ ਪਏਗਾ? ਦੇਖੋ ਸਰ, ਜਿਸ ਤਰ੍ਹਾਂ ਆਪਾਂ ਕਿਸੇ ਕਸਟਮਰ ਕੋਲ 10,000 ਰੁਪਇਆ ਲੈ ਰਹੇ ਹਾਂ, ਉਹਦੇ ਵਿੱਚੋਂ ਸਾਡਾ 80% ਪਹਿਲੇ ਹੀ ਖਰਚਾ ਆ ਰਿਹਾ ਵੈ, ਅਤੇ ਜੇ ਇੱਕ ਹੋਰ ਟੈਕਸ ਲੱਗ ਗਿਆ 5% ਸਾਡਾ ਉੱਧਰ ਖਰਚੇ 'ਤੇ ਚਲੇ ਗਿਆ, ਤਾਂ ਫਿਰ ਸਾਨੂੰ ਬਚਿਆ ਕੇ ਐਂਡ 'ਚ ਆ ਕੇ, ਫਿਰ ਤਾਂ ਆਪਾਂ ਇਸੇ ਜੋਗੇ ਰਹਿ ਸਰਕਾਰ ਨੂੰ ਟੈਕਸ ਦੇ ਦਈਏ, ਗੱਡੀਆਂ ਦੇ ਰਿਪੇਅਰ ਕਰਾ ਲਈਏ ਜਾਂ ਹੋਰ ਕੁਝ ਕਰਾ ਲਈਏ, ਇਸ ਨਾਲ ਤਾਂ ਆਪਾਂ ਫੈਮਿਲੀ ਦਾ ਸਰਵਾਈਵ ਕਰ ਨਹੀਂ ਸਕਦੇ ਇਸ ਚੀਜ਼ ਨਾਲ ਆਪਾਂ ਬਿਲਕੁਲ ਵੀ, ਇਸ ਕਰਕੇ ਸਾਡੇ ਵੱਲੋਂ ਤਾਂ ਇਹ ਟੈਕਸ ਲੱਗਣਾ ਨਹੀਂ ਚਾਹੀਦਾ। ਗੌਰਮੈਂਟ ਨੂੰ ਇਹ ਟੈਕਸ ਲਗਾਉਣਾ ਚਾਹੀਦਾ ਜਿਹੜੀ ਬਾਹਰੋਂ ਗੱਡੀਆਂ ਆ ਰਹੀਆਂ, ਜਿਸ ਤਰ੍ਹਾਂ ਹਿਮਾਚਲ ਤੋਂ ਗੱਡੀਆਂ ਆ ਰਹੀਆਂ, ਹਰਿਆਣੇ ਤੋਂ ਗੱਡੀਆਂ ਆ ਰਹੀਆਂ, ਪੰਜਾਬ 'ਚ ਐਂਟਰ ਕਰਦੀਆਂ, ਇਹ ਗ੍ਰੀਨ ਟੈਕਸ ਉਹਨੂੰ ਲੱਗਣਾ ਚਾਹੀਦਾ ਜਿਸ ਤਰ੍ਹਾਂ ਅਸੀਂ ਜਾਂਦੇ ਹਾਂ ਹਿਮਾਚਲ, ਸਾਨੂੰ ਮਨਾਲੀ 'ਚ 300 ਰੁਪਏ ਦਾ ਟੈਕਸ ਲੱਗਦਾ ਗ੍ਰੀਨ ਟੈਕਸ, ਮਨੀਕਰਨ ਸਾਹਿਬ ਜਾਈਏ ਉੱਧਰ ਸਾਨੂੰ 300 ਰੁਪਏ ਦਾ ਗ੍ਰੀਨ ਟੈਕਸ ਲੱਗਦਾ। ਇਹ ਗੱਡੀਆਂ ਜਿਹੜੀਆਂ ਹਿਮਾਚਲ ਤੋਂ, ਹਰਿਆਣੇ ਤੋਂ, ਯੂਪੀ ਤੋਂ, ਦਿੱਲੀ ਤੋਂ, ਪੰਜਾਬ ਸਟੇਟ 'ਚ ਐਂਟਰ ਕਰ ਰਹੀਆਂ, ਇਹ ਗ੍ਰੀਨ ਟੈਕਸ ਉਹਨਾਂ ਨੂੰ ਇੰਪੋਜ਼ ਹੋਣਾ ਚਾਹੀਦਾ, ਜਿਹਦੀ ਵੈਲਿਡਿਟੀ 1 ਵੀਕ ਦੀ ਹੋਣੀ ਚਾਹੀਦੀ ਜੀ। 1 ਵੀਕ ਤੱਕ ਤੁਹਾਨੂੰ 300 ਰੁਪਏ ਜਾਂ 400 ਰੁਪਏ ਅਲੱਗ ਅਲੱਗ ਕੈਟਾਗਰੀ ਦੇ ਹਿਸਾਬ ਨਾਲ ਟੈਕਸ ਪੈਣਾ ਚਾਹੀਦਾ ਵੈ। ਜੇ ਹੁਣ ਦੀ ਗੱਲ ਕਰੀਏ, ਜਿਸ ਹਿਸਾਬ ਨਾਲ ਇਹ ਗ੍ਰੀਨ ਟੈਕਸ ਦੀ ਨੋਟੀਫਿਕੇਸ਼ਨ ਜੋ ਆਈ ਹੈ ਕਿ ਵੱਖ ਵੱਖ 1500 CC ਤੋਂ ਪਲੱਸ ਜੋ ਗੱਡੀਆਂ ਨੇ, ਕਿਸੇ 4,000 ਹੈ, 6,000 ਹੈ, ਤੁਹਾਡੀ ਜਿਹੜੀ ਕੈਟੇਗਰੀਜ਼ 'ਚ ਵਹੀਕਲ ਆਉਂਦੀਆਂ ਨੇ, ਇਹਨਾਂ 'ਤੇ ਕਿੰਨਾ ਕੁ ਟੈਕਸ ਪਏਗਾ ਜੀ? ਦੇਖੋ, ਸਾਨੂੰ ਜੋ ਨੋਟੀਫਿਕੇਸ਼ਨ ਸਾਡੇ ਤੱਕ ਆਈ ਹੈ, ਸਾਨੂੰ ਤਾਂ ਪਤਾ ਲੱਗਾ ਜੀ ਮੇਨ ਰੋਡ 1500-2,000 ਰੁਪਇਆ ਪਰ ਐਨਮ ਦੇ ਹਿਸਾਬ ਨਾਲ ਸਾਨੂੰ ਟੈਕਸ ਪਏਗਾ, ਅਤੇ ਅੱਗੇ ਹੀ ਆਪਾਂ ਸਰਕਾਰ ਨੂੰ ਨੀਅਰ ਅਬਾਊਟ 6,000 ਰੁਪਏ ਇਨੋਵਾ ਦਾ ਪਰ ਐਨਮ ਦੇ ਰਹੇ ਹਾਂ, ਟੈਂਪੂ ਟਰੈਵਲ ਦਾ 12,000 ਰੁਪਇਆ ਦੇ ਰਹੇ ਹਾਂ, ਅਤੇ ਜੇ ਇਹ ਵੀ ਟੈਕਸ ਲਾਗੂ ਹੋ ਗਿਆ ਉਸ ਤੋਂ ਬਾਅਦ ਟੂਲ ਟੈਕਸ ਵੀ ਦੇਵਾਂਗੇ, ਕੀ ਆਪਾਂ ਸਰਕਾਰ ਨੂੰ ਦਿੰਦੇ ਰਹਾਂਗੇ, ਫਿਰ ਤਾਂ ਆਪਾਂ ਸਿਰਫ ਟੈਕਸ ਜੋਗੇ ਰਹਿ ਗਏ, ਹੋਰ ਕੋਈ ਕਮਾਈ ਦਾ ਸਾਨੂੰ ਕੁਛ ਰਿਹਾ ਨਹੀਂ ਇਸ ਚੀਜ਼ 'ਚ, ਇਸ ਕਰਕੇ ਮੇਰੇ ਅਤੇ ਮੇਰੇ ਭਰਾ ਵੱਲੋਂ ਇਹੀ ਬੇਨਤੀ ਸਰਕਾਰ ਨੂੰ ਹੈਗੀ ਹੈ ਕਿ ਇਹ ਸਭ ਕੋਈ ਮੱਦੇ ਨਜ਼ਰ ਰੱਖਦੇ ਹੋਏ ਇਹਨਾਂ ਨੂੰ ਟੈਕਸ ਇੰਪੋਜ਼ ਨਹੀਂ ਕਰਨਾ ਚਾਹੀਦਾ। ਜੇ ਇਹ ਟੈਕਸ ਇੰਪੋਜ਼ ਕਰਨਾ ਚਾਹੁੰਦੇ ਨੇ, ਹੁਣ ਪੋਲਿਊਟਿਡ ਜੇ ਆਪਾਂ ਗ੍ਰੀਨ ਟੈਕਸ ਦੇ ਰਹੇ ਤਾਂ ਕਿ ਪੋਲਿਊਸ਼ਨ ਖਤਮ ਹੋ ਜਾਏਗਾ?
ਜੇ ਇਹਨਾਂ ਨੇ ਟੈਕਸ ਲਗਾਉਣੇ ਫੈਕਟਰੀਆਂ ਨੂੰ ਲਗਾਉਣ ਜਿੱਥੋਂ ਇੰਨਾ ਆ ਰਿਹਾ ਪੋਲਿਊਸ਼ਨ ਆ ਰਿਹਾ ਜਾਂ ਬਾਹਰੋਂ ਗੱਡੀਆਂ ਆ ਰਹੀਆਂ ਉਹਨਾਂ ਨੂੰ ਲਾਓ, ਆਟੋ ਨੂੰ ਲਗਾਓ ਜਿਹੜੇ ਇਹਨਾਂ ਨੇ ਸਾਲ ਪੁਰਾਣੇ ਆਟੋ ਚੱਲਦੇ ਪਏ ਨੇ, ਅਤੇ ਟੈਕਸੀਆਂ 'ਤੇ 8 ਸਾਲ ਪੁਰਾਣੀ ਗੱਡੀ ਤੁਸੀਂ ਵੈਸੇ ਜੇ ਫਿਰ ਪੋਲਿਊਸ਼ਨ ਕਿਉਂ ਕਰਦੇ ਹੋ? ਜੇ ਤੁਸੀਂ ਕਹਿ ਰਹੇ ਪੋਲਿਊਟਿਡ ਵਹੀਕਲ ਹੈ ਅਤੇ 8 ਸਾਲ ਪੁਰਾਣੀ ਗੱਡੀ ਦਾ ਤਾਂ ਪੋਲਿਊਸ਼ਨ ਹੀ ਨਾ ਕਰੋ, ਪਰਮਿਟ ਹੀ ਨਾ ਦਿਓ ਗੱਡੀ ਨੂੰ, ਗੱਡੀ ਵੈਸੇ ਫਿਰ ਬੰਦ ਕਰ ਦਿਓ 8 ਸਾਲ ਪੁਰਾਣੀ ਗੱਡੀ, ਫਿਰ ਤੁਸੀਂ ਟੈਕਸ ਇੰਪੋਜ਼ ਕਿਉਂ ਕਰਦੇ ਪਏ ਹੋ? ਹਾਂਜੀ, ਇੰਨੀਆਂ ਇੰਨੀਆਂ ਗੱਡੀਆਂ ਰੱਖੀਆਂ ਹੋਈਆਂ ਨੇ, ਜਿਸ ਤਰ੍ਹਾਂ ਜੇ ਕੋਈ ਗੱਡੀ ਹਿਮਾਚਲ ਜਾਂਦੀ ਹੈ ਜਾਂ ਹੋਰ ਕਿਸੇ ਸਟੇਟ 'ਚ ਐਂਟਰ ਹੁੰਦੀ ਹੈ ਉੱਥੋਂ ਤਾਂ ਟੈਕਸ ਤਾਂ ਲੱਗਦਾ ਹੀ ਲੱਗਦਾ, ਪਰ ਪੰਜਾਬ ਦੇ ਵਿੱਚ ਜਿਹੜੀਆਂ ਤੁਹਾਡੀਆਂ 6 ਸਾਲ ਜਾਂ 8 ਸਾਲ ਪੁਰਾਣੀਆਂ ਗੱਡੀਆਂ ਨੇ, ਇਹਨਾਂ 'ਤੇ ਹੁਣ ਜਿਹੜਾ ਗ੍ਰੀਨ ਟੈਕਸ ਇਹ ਵੀ ਨਵਾਂ ਇੰਪੋਜ਼ ਹੋ ਜਾਊਗਾ? ਹਾਂਜੀ ਹਾਂਜੀ ਹਾਂਜੀ, ਦੇਖੋ ਜਦੋਂ ਆਪਾਂ ਹਿਮਾਚਲ ਐਂਟਰ ਕਰਦੇ ਹਾਂ, ਹਿਮਾਚਲ ਸਟੇਟ ਦਾ ਅਲੱਗ ਟੈਕਸ ਆਪਾਂ ਦਿੰਦੇ ਹਾਂ, ਫਿਰ ਹਿਮਾਚਲ ਐਂਟਰੀ ਦੀ ਸਾਨੂੰ 200 ਰੁਪਇਆ ਪਰਚੀ ਵੱਖਰੀ ਪੈਂਦੀ, ਫਿਰ ਉੱਥੇ ਕਈ ਡਿਸਟ੍ਰਿਕਟਸ ਇਹੋ ਜਿਹੀਆਂ ਆਈਆਂ ਜਿੱਥੇ ਸਾਨੂੰ ਗ੍ਰੀਨ ਟੈਕਸ ਦੇਣਾ ਪੈਂਦਾ ਉਹਨਾਂ ਨੂੰ, ਉਹ ਅਲੱਗ ਦੇਣਾ ਪੈਂਦਾ। 3 ਤਰ੍ਹਾਂ ਦਾ ਟੈਕਸ ਹੋ ਗਿਆ, ਫਿਰ ਪੰਜਾਬ ਸਰਕਾਰ ਨੂੰ ਆਪਾਂ ਟੈਕਸ ਦੇਵਾਂਗੇ, 5 ਤਰ੍ਹਾਂ ਦਾ ਹੋ ਗਿਆ, ਫਿਰ ਆਪਾਂ ਇੱਕ ਗ੍ਰੀਨ ਟੈਕਸ ਦੇ ਦਾਂਗੇ, ਹੋਰ 6 ਤਰ੍ਹਾਂ ਦਾ ਟੈਕਸ ਹੋ ਗਿਆ। ਅਤੇ ਦੇਖੋ ਤੁਹਾਡੇ ਸਾਹਮਣੇ ਅੱਜ ਕੱਲ੍ਹ ਕਮਾਈ ਕਿੰਨੀ ਕੁ ਰਹਿ ਗਈ ਹੈ ਹਰ ਇੱਕ ਆਦਮੀ ਨੂੰ, ਜੇ ਆਪਾਂ ਟੈਕਸ ਹੀ ਦੇਵਾਂਗੇ ਤਾਂ ਫਿਰ ਆਪਾਂ ਆਪਣੀ ਫੈਮਿਲੀ ਦਾ ਸਰਵਾਈਵ ਕਿਸ ਤਰ੍ਹਾਂ ਕਰਾਂਗੇ? ਫਿਰ ਤਾਂ ਐਂਡ ਸਾਡੇ ਕੋਲ ਇਹੀ ਹੈਗਾ ਵੈ, ਅਸੀਂ ਗੱਡੀਆਂ 'ਤੇ ਲੋਕ ਕਰ ਦਿੰਦੇ ਹਾਂ ਅਤੇ ਆਪਣਾ ਕਾਰੋਬਾਰ ਬੰਦ ਕਰ ਦਿੰਦੇ ਹਾਂ, ਅਤੇ ਆਪਾਂ ਕੋਈ ਨਵਾਂ ਬਿਜ਼ਨਸ ਲੱਭਦੇ ਹਾਂ ਜਿਹਦੇ ਨਾਲ ਸਾਨੂੰ ਆਪਾਂ ਸਰਵਾਈਵ ਕਰਾ ਸਕੀਏ ਆਪਣੀ ਫੈਮਿਲੀ ਨੂੰ। ਇਸ ਨਾਲ ਤਾਂ ਨਾਮੁਮਕਿਨ ਹੈਗਾ, ਕਿਉਂਕਿ ਅੱਗੇ ਕੰਮਕਾਜ ਕਿੰਨਾ ਹੈਗਾ, ਨੀਅਰ ਅਬਾਊਟ 50% ਤੋਂ ਵੀ ਘੱਟ ਗਿਆ ਕੰਮਕਾਜ ਇਸ ਵਕਤ, 20% 10% ਕੰਮ ਰਹਿ ਗਿਆ ਸਾਰਾ। ਅਤੇ ਜੇ ਆਪਾਂ ਟੈਕਸ ਹੀ ਟੈਕਸ ਪੇ ਕਰੀ ਜਾਵਾਂ 10% 24, ਤਾਂ ਫਿਰ ਆਪਾਂ ਕਿੱਥੋਂ ਖਰਚੇ ਚਲਾਵਾਂਗੇ? ਇਸ ਵੱਡੀ ਗੱਲ ਇਹ ਹੈ ਕਿ ਜੇ ਆਮ ਆਦਮੀ ਜਾਂ ਇਹ ਲੋਕ ਨੇ ਜੇ ਇਹ ਕਿਸੇ ਵੀ ਟੂਰਿਸਟ ਨੂੰ ਟਰੈਵਲ ਕਰਨ ਲਈ ਇੱਥੋਂ ਦੂਜੀ ਸਟੇਟ 'ਚ ਲੈ ਕੇ ਜਾਂਦੇ ਨੇ, ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਜਿੰਨੀ ਕਮਾਈ ਆ ਰਹੀ ਹੈ ਉਸ 'ਚ ਸਾਨੂੰ ਵੀ ਇੱਕ ਟੈਕਸ ਭਰਨਾ ਪੈ ਰਿਹਾ, ਅਸੀਂ ਆਲਰੇਡੀ ਜੋ ਟੈਕਸ ਭਰ ਰਹੇ ਹਾਂ ਸਰਕਾਰਾਂ ਨੂੰ ਟੋਲ ਪਲਾਜ਼ਿਆਂ ਦਾ, ਰੂਟ ਟੈਕਸ ਜਾਂ ਹੋਰ, ਪਰ ਉਸ ਤੋਂ ਇਲਾਵਾ ਜਦ ਇਹ ਨਵਾਂ ਟੈਕਸ ਜੋ ਇੰਪੋਜ਼ ਹੋਏਗਾ ਇਸ ਨਾਲ ਸਾਡੀ ਆਮਦਨ 'ਤੇ ਤਾਂ ਸਿੱਧਾ ਅਸਰ ਪੈ ਰਿਹਾ, ਪਰ ਹੋਰ ਇੱਥੇ ਲੋਕ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ। ਆਮ ਪਬਲਿਕ ਦੇ ਐਂਗਲ ਨਾਲ ਗੱਲ ਕਰੀਏ ਜੀ ਕਿ ਜਿਹੜੇ ਲੋਕ ਨੇ, ਜੇ ਸਪੋਜ਼ ਤੁਸੀਂ ਕਿਸੇ ਨਾਲ 10,000 ਦਾ ਵੀ ਫੇਰ ਪੋਲ ਕਰਦੇ ਹੋ ਕਿ ਅਸੀਂ ਇਸ ਜਗ੍ਹਾ ਤੁਹਾਨੂੰ ਟਰੈਵਲ ਕਰਕੇ ਲੈ ਕੇ ਜਾਵਾਂਗੇ ਕਰਾਵਾਂਗੇ, ਤਾਂ ਉਹਨਾਂ ਨੂੰ ਇਸ ਟੈਕਸ ਪਿੱਛੇ ਜਿਹੜਾ ਤੁਹਾਨੂੰ 1,500-2,000 ਪੈਂਦਾ, ਅੱਗੇ ਉਹ ਕਿੰਨਾ ਕੁ ਰੈਵਨਿਊ ਐਕਸਪੈਂਡ ਤੁਸੀਂ ਕਰ ਦੋਗੇ ਕਿ ਜਿਹਨਾਂ ਨਾਲ ਉਹਨੂੰ ਸਿੱਧਾ ਅਸਰ ਪਏਗਾ? ਸਰ ਇਹਨਾਂ ਕਾਫੀ ਅਸਰ ਪਏਗਾ। 10,000 ਰੁਪਇਆ ਜਿਵੇਂ ਅਸੀਂ ਟੂਰ ਕੀਤਾ ਸਵਾਰੀ ਦੇ ਨਾਲ, ਉਹਦੇ ਵਿੱਚੋਂ 6-7 ਹਜ਼ਾਰ ਤਾਂ ਖਰਚਾ ਹੀ ਨਿਕਲ ਜਾਂਦਾ, ਜੇ ਹੁਣ ਹੋਰ ਵਧਾ ਦਿਆਂਗੇ ਸਵਾਰੀ ਵੀ ਹਿਸਾਬ ਨਾਲ, ਸਵਾਰੀ 'ਤੇ ਭਾਰ ਪੈਣੇ ਦਾ ਬੋਝ ਪਏਗਾ। ਜੇ ਗੱਲ ਕਰੀਏ ਤਾਂ ਜਿਹੜਾ ਮੋਟਾ ਮੋਟਾ ਟੈਕਸ ਜੋ ਹਰ ਵਹੀਕਲ 'ਤੇ ਲਗਾਇਆ ਜਾ ਰਿਹਾ, ਕਿੱਥੇ ਪੈਟਰੋਲ 'ਤੇ ਵਹੀਕਲਸ 'ਤੇ ਅਲੱਗ ਹੈ, ਡੀਜ਼ਲ ਵਹੀਕਲਸ 'ਤੇ ਅਲੱਗ ਹੈ, ਇਸ ਨਾਲ ਓਵਰਆਲ ਜੇ ਅਸੀਂ ਦੇਖੀਏ ਇੱਕ ਨਵੀਂ ਟੈਕਸੇਸ਼ਨ ਪਾਲਿਸੀ ਜੋ ਹੈ ਤੁਹਾਡੇ ਲੋਕਾਂ 'ਤੇ ਆ ਰਹੀ ਹੈ, ਇਸ ਨੂੰ ਤੁਸੀਂ ਕਿੰਨਾ ਕੁ ਦੇਖਦੇ ਹੋ ਕਿ ਇਹ ਸਹੀ ਫੈਸਲਾ ਲਿੱਤਾ ਗਿਆ ਸਰਕਾਰ ਨੂੰ ਜਾਂ ਕੀ? ਸਰ ਸਹੀ ਫੈਸਲਾ ਨਹੀਂ ਹੈਗਾ, ਕਿਉਂਕਿ ਇਹਦੇ ਨਾਲ ਕਾਫੀ ਬੋਝ ਪੈ ਜਾਣਾ, 1500 ਸੀਸੀ ਦੇ ਉੱਤੇ 4,000 ਰੁਪਇਆ ਪਲੱਸ ਟੈਕਸ ਪੈ ਜਾਣਾ, ਮਤਲਬ ਕਿ ਹਰ ਗੱਡੀ ਤਾਂ ਹੁਣ ਪੁਰਾਣੀ ਹੋਣੀ ਹੈ, 8-10 ਸਾਲ ਪੁਰਾਣੀ ਗੱਡੀ ਤਾਂ ਹੋਣੀ ਹੋਣੀ ਹੈਗੀ ਹਰ ਕਿਸੇ ਦੀ, ਤਾਂ ਹੁਣ ਹਰ ਕੋਈ 8-10 ਸਾਲ ਪੁਰਾਣੀ ਗੱਡੀ ਵੇਚ ਕੇ ਨਵੀਂ ਲੈ ਨਹੀਂ ਸਕਦਾ, ਨਾ ਹੀ ਕਿਸ਼ਤਾਂ ਲਾ ਸਕਦਾ। ਹੁਣ ਚਾਹੇ ਹਰ ਟੋਲ ਟੈਕਸ ਵੇਖ ਲਓ ਕਿੰਨੇ ਯਾਰ, 40 ਕਿਲੋਮੀਟਰ ਦੇ ਅੰਦਰ ਦਾਇਰੇ ਦੇ, ਆਪਾਂ ਚੰਡੀਗੜ੍ਹ ਤੱਕ ਜਾਂਦੇ ਹਾਂ ਸਾਨੂੰ 600-700 ਦੇ ਟੋਲ ਹੀ ਪੈ ਜਾਂਦੇ, ਉੱਤੋਂ ਹੋਰ ਟੈਕਸ ਪੈ ਰਿਹਾ, ਬਹੁਤ ਜ਼ਿਆਦਾ ਮੁਸ਼ਕਲ ਹੋਏਗੀ ਜੀ, ਬਹੁਤ ਜ਼ਿਆਦਾ। ਕਿਉਂਕਿ ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ, ਜਿੱਦਾਂ ਬਾਹਰ ਗੱਡੀਆਂ ਆ ਰਹੀਆਂ ਹਿਮਾਚਲ ਦੀਆਂ ਹੋ ਗਈਆਂ ਜਾਂ JK ਦੀਆਂ ਹੋ ਗਈਆਂ ਬਾਹਰ ਦੀ ਗੱਡੀਆਂ, ਉਹਨਾਂ ਨੂੰ ਗ੍ਰੀਨ ਟੈਕਸ ਪੈ, ਜਿੱਦਾਂ ਹੀ ਮਨਾਲੀ ਜਾ ਕੇ ਗ੍ਰੀਨ ਟੈਕਸ 300 ਦੀ ਪਰਚੀ ਲਗਾਉਂਦੇ ਹਾਂ, ਮਨਾਲੀ ਲਗਾਉਂਦੇ ਹਾਂ, ਮਨੀਕਰਨ ਲਗਾਉਂਦੇ ਹਾਂ, ਉਹ ਸਾਨੂੰ ਪੰਜਾਬ ਨੂੰ ਪੈ ਰਿਹਾ, ਇੱਦਾਂ ਹੀ ਉਹਨਾਂ ਨੂੰ ਪੈਣਾ ਚਾਹੀਦਾ ਜੀ, ਅਤੇ ਸਾਨੂੰ ਨਹੀਂ, ਲੋਕਲ ਬੰਦੇ ਨੂੰ ਨਹੀਂ ਪੈਣਾ ਗ੍ਰੀਨ ਟੈਕਸ ਪੈਣਾ ਚਾਹੀਦਾ ਜੀ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਕਿ ਇੱਕ ਜੋ ਨੋਟੀਫਿਕੇਸ਼ਨ ਹੈ ਜੋ ਫਿਲਹਾਲ ਜਾਰੀ ਕੀਤੀ ਗਈ ਹੈ, ਜਿਸ ਵਿੱਚ ਨੋਨ ਟਰਾਂਸਪੋਰਟ ਜੋ ਵਹੀਕਲ ਹੈ, ਜਿਸ 2-ਵੀਲਰ ਦੀ ਗੱਲ ਕਰ ਲਈਏ ਤਾਂ ਉਸਨੂੰ ਪੈਟਰੋਲ ਜਿਹੜੀ ਨੇ ਉਹਨਾਂ 'ਤੇ 500, ਡੀਜ਼ਲ 'ਤੇ 1,000 ਹੈ, 4-ਵੀਲਰ 'ਤੇ ਵੀ ਇਸ ਸੇਮ ਹੀ ਦਰ ਰਹਿਣਗੇ, ਔਰ ਇਸ ਤੋਂ ਇਲਾਵਾ ਜਿਹੜੇ 1500 ਸੀਸੀ ਤੋਂ ਵੱਧ ਨੇ ਜਿਨ੍ਹਾਂ 'ਤੇ ਪੈਟਰੋਲ 'ਤੇ 3,000 ਹੈ, ਡੀਜ਼ਲ 'ਤੇ 4,000 ਟੈਕਸ ਹੈ, ਔਰ ਇਸ ਤੋਂ ਇਲਾਵਾ ਜੇ ਆਪਾਂ ਟਰਾਂਸਪੋਰਟ ਵਹੀਕਲਸ ਦੀ ਗੱਲ ਕਰ ਲਈਏ ਜਿਨ੍ਹਾਂ ਦੇ ਵਿੱਚ ਮੋਟਰ ਵਹੀਕਲ ਨੇ, 3-ਵੀਲਰ ਨੇ, ਤਾਂ ਇਹਨਾਂ 'ਤੇ ਕਿਸੇ 'ਤੇ 250 ਰੁਪਏ ਸਾਲ ਦਾ, ਕਿਸੇ 'ਤੇ 2,000 ਹੈ, ਕਿਸੇ 'ਤੇ 2,500 ਹੈ, ਤਾਂ ਮੋਟਾ ਮੋਟਾ ਗੱਲ ਕਰੀਏ ਤਾਂ 1 ਸਤੰਬਰ ਤੋਂ ਜੋ ਇਹ ਗ੍ਰੀਨ ਟੈਕਸ ਲਾਗੂ ਹੋਣ ਜਾ ਰਿਹਾ, ਕਿਤੇ ਨਾ ਕਿਤੇ ਜੋ ਟੈਕਸੀ ਚਾਲਕ ਨੇ ਇਹਨਾਂ ਦੇ ਵਿੱਚ ਰੋਸ ਤਾਂ ਇਸ ਗੱਲ ਨੂੰ ਲੈ ਕੇ ਹੈ ਕਿ ਪਹਿਲਾਂ ਹੀ ਅਸੀਂ ਟੈਕਸ ਭਰਦੇ ਆਏ ਹਾਂ ਔਰ ਇੱਕ ਨਵਾਂ ਟੈਕਸ ਸਾਡੇ 'ਤੇ ਲੱਗਣ ਜਾ ਰਿਹਾ, ਪਹਿਲਾਂ ਹੀ ਸਾਡੇ ਕੰਮ ਕਾਜ ਇਫੈਕਟ ਹੋਏ ਨੇ, ਕਿਉਂਕਿ ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਟੂਰਿਸਟ ਹੱਬ ਹੈ ਔਰ ਇੱਥੇ ਅਕਸਰ
ਲੋਕਾਂ ਦਾ ਜੋ ਸੈਲਾਨੀਆਂ ਦਾ ਆਉਣਾ ਜਾਣਾ ਲੱਗਾ ਰਹਿੰਦਾ, ਪਰ ਉੱਥੇ ਹੀ ਜਦ ਲੋਕ ਅੰਮ੍ਰਿਤਸਰ ਨੂੰ ਟਰੈਵਲ ਕਰਨਗੇ, ਪੰਜਾਬ ਦੀ ਜੇ ਗੱਲ ਕਰੀਏ ਜੇ ਪੰਜਾਬ ਦੇ ਵਿੱਚ ਲਾਗੂ ਹੋਣ ਜਾ ਰਿਹਾ, ਤਾਂ ਉਸ ਨਾਲ ਕਿਤੇ ਨਾ ਕਿਤੇ ਆਮ ਆਦਮੀ ਦੀ ਜੇਬ 'ਤੇ ਵੀ ਫਰਕ ਪਏਗਾ, ਕਿਉਂਕਿ ਜਦ ਟੈਕਸੀ ਚਾਲਕ ਹੀ ਜੋ ਕੀਮਤਾਂ ਫੇਅਰ ਦੀਆਂ ਵਧਾ ਦੇਣਗੇ ਤਾਂ ਉਸਦਾ ਸਿੱਧਾ ਅਸਰ ਆਮ ਆਦਮੀ ਨੂੰ ਭਰਨਾ ਪਏਗਾ, ਕਿਉਂਕਿ ਇਹ ਲੋਕ ਤਾਂ ਹੀ ਟੈਕਸ ਭਰ ਪਾਉਣਗੇ ਜੇ ਇਹਨਾਂ ਨੂੰ ਵੀ ਕਿਤੋਂ ਨਾ ਕਿਤੋਂ ਰੈਵਨਿਊ ਦਾ ਸੋਰਸ ਹੋਏਗਾ। ਅਤੇ ਗੱਲ ਇਹੀ ਹੈ ਕਿ ਟੈਕਸੀ ਚਾਲਕਾਂ ਦਾ ਹੀ ਕਹਿਣਾ ਕਿ ਸਰਕਾਰ ਦੇ ਵੱਲੋਂ ਜੋ ਇਹ ਫੈਸਲਾ ਲਿੱਤਾ ਗਿਆ ਗ੍ਰੀਨ ਟੈਕਸ ਨੂੰ ਲੈ ਕੇ, ਇਹ ਬਾਹਰੀ ਸੂਬਿਆਂ ਤੋਂ ਆਉਣ ਲਈ ਗੱਡੀਆਂ 'ਤੇ ਲਗਾਉਣਾ ਚਾਹੀਦਾ, ਔਰ ਜੋ ਕਿ ਪੰਜਾਬ ਦੀਆਂ ਜੋ ਗੱਡੀਆਂ ਨੇ, ਜੋ ਪੰਜਾਬ ਦੀਆਂ ਟੈਕਸੀਆਂ ਨੇ ਗੱਡੀਆਂ ਨੇ, ਉਹਨਾਂ 'ਤੇ ਇਹ ਟੈਕਸ ਨਹੀਂ ਆਉਣਾ ਚਾਹੀਦਾ। ਅੰਮ੍ਰਿਤਸਰ ਤੋਂ ਨਿਤਿਸ਼ ਸੱਭਰਵਾਲ, ਨਿਊਜ਼ 18 ਪੰਜਾਬ।